ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ ਜੀ। ਆਪਾਂ ਕਿੱਥੋਂ ਆਏ ਜੀ? ਕਲਾਬੇ ਵਾਲੇ ਜੀ, ਗਾਂਵ ਹੈ ਤੇ 25 ਐਫ ਕਲਾਬੇ ਵਾਲਾ ਜੀ। ਤੇ ਆਪਣੇ ਫਾਰਮ ਦਾ ਨਾਮ ਕੀ ਹੈ ਜੀ? ਬੈਲਾਰੂਸ ਤੋਂ ਨਾਮ ਤੋਂ ਹੈ ਜੀ। ਅੱਛਾ, ਬੈਲਾਰੂਸ ਇਹਦਾ ਨਾਮ ਹੀ ਹੈ ਜੀ? ਹਾਂਜੀ ਹਾਂਜੀ। ਅੱਛਾ ਜੀ, ਤੇ ਸਾਨੂੰ ਇਹ ਦੱਸੋ ਵੀ ਤੁਸੀਂ ਫਾਰਮ ਤੇ ਹੋਰ ਕਿੰਨੇ ਜਾਨਵਰ ਰੱਖੇ ਆ? 5 ਜਾਨਵਰ ਹੈ ਜੀ। ਤੇ ਅੱਜ ਮੰਡੀ ਤੁਸੀਂ ਸਿਰਫ ਇਹਨੂੰ ਲੈ ਕੇ ਆਏ ਹੋ? ਹਾਂਜੀ ਹਾਂਜੀ। ਫੋਰ ਸੇਲ ਲਈ ਜਾਂ ਬਰੀਡਿੰਗ ਵਾਸਤੇ? ਵੈਸੇ ਹੀ ਹੈ ਜੀ, ਇੱਥੇ ਮੰਗ ਬਹੁਤ ਸੀ, ਕਹਿੰਦੇ ਲੈ ਕੇ ਆਓ। ਮੈਂ ਕਿਹਾ ਚੱਲ ਦਿਖਾ ਲੈਂਦੇ ਜੀ। ਅੱਛਾ ਜੀ, ਤੇ ਕੀ ਚਾਰਜਸ ਲੈਣੇ ਹੋ ਇਹਦੇ? 21000 ਰੁਪਏ ਜੀ। ਤੇ ਹੁਣ ਤਾਂ ਕਿੰਨੀ ਘੋੜੀ ਨਾਲ ਕ੍ਰੋਸ ਹੋ ਚੁੱਕਿਆ? ਹੋ ਹੀ ਗਈ 150 ਘੋੜੀ ਕਰਵਾਈ ਹੈ ਜੀ। ਅੱਛਾ ਜੀ, ਤੇ ਰਿਜ਼ਲਟ ਉਹਨਾਂ ਚੋਂ? ਵਧੀਆ ਰਿਜ਼ਲਟ ਆਇਆ ਜੀ। ਠੀਕ ਹੈ ਠੀਕ ਹੈ। 5.5 ਲੱਖ ਦਾ ਬੱਚਾ ਵਿਕਿਆ ਜੀ ਇਹਦਾ ਹੁਣ। 5.5 ਲੱਖ ਦਾ? ਕਿੰਨੇ ਮਹੀਨੇ ਦਾ ਜੀ? ਆਪਣੇ ਲੈ ਕੇ ਗਏ ਸੀਗੇ ਅਨਿਲ ਜੀ। ਠੀਕ, ਕਿੰਨੇ ਮਹੀਨੇ ਦਾ ਬੱਚਾ ਸੀ? ਸਸੇ ਤੋਂ ਉਹ ਸੀਗਾ ਜੀ, 15 ਕੁ ਮਹੀਨੇ ਦਾ ਸੀਗਾ ਜੀ। ਅੱਛਾ ਜੀ, ਤੇ ਇੱਕ ਜਰਾ ਸਾਨੂੰ ਇਹਦੀ ਬਾਡੀ ਸਟਰਕਚਰ ਬਾਰੇ ਦੱਸੋ ਜੀ। ਹਾਂਜੀ, ਤਾਂ ਜਿਵੇਂ ਹੁਣ ਤੱਕ ਅਸੀਂ ਦੇਖਿਆ ਹਰ ਇੱਕ ਤੋਂ, ਅਸੀਂ ਇਹੀ ਸੁਣਦੇ ਵੀ ਜੇ ਘੋੜਾ ਲੈਣ ਜਾਣਾ ਤੁਸੀਂ ਮੰਡੀ 'ਚ, ਉਹਦਾ ਬਾਡੀ ਸਟਰਕਚਰ ਦੇਖ ਕੇ ਲਓ, ਅਤੇ ਉਹ ਇਹਨੂੰ ਦੇਖ ਕੇ ਉਹ 'ਚ ਸਾਰੀ ਖੂਬੀਆਂ ਦਿਖਦੀਆਂ ਨੇ। ਜਿਵੇਂ ਆਪਾਂ ਦੇਖੋ ਇਹਦੇ ਪੈਰ ਕਿੰਨੇ ਵੱਡੇ ਨੇ, ਜਿਵੇਂ ਇਹਦਾ ਘੋੜੇ ਦਾ ਸਟਰਕਚਰ ਹੈ ਉਸ ਹਿਸਾਬ ਨਾਲ ਇਹਦੇ ਪੈਰ ਵੀ ਉਸੇ ਹਿਸਾਬ ਨਾਲ ਬਣੇ ਹੋਏ ਨੇ ਵਧੀਆ। ਅਤੇ ਸਰ ਸਾਨੂੰ ਇੱਕ ਗੱਲ ਦੱਸੋ ਵੀ ਡਾਇਟ ਸਪੈਸ਼ਲ ਰੱਖੀ ਹੋਈ ਇਹਦੀ ਜਾਂ ਨੋਰਮਲ? ਸਪੈਸ਼ਲ ਡਾਇਟ ਤੋਂ ਹੀ ਹੁੰਦੀ ਹੈ ਜੀ, ਜਿਵੇਂ ਚਣੇ ਵਗੈਰਾ ਥੋੜ੍ਹਾ ਜ਼ਿਆਦਾ ਪਾਉਣਾ ਪੈਂਦਾ ਜੀ ਘੋੜਿਆਂ ਨੂੰ, ਘੋੜੀਆਂ ਨਾਲੋਂ। ਠੀਕ ਹੈ ਜੀ। ਅਤੇ ਹੈਵੀ ਹੁੰਦੇ ਜੀ ਇਹ। ਤੇ ਇਹਦੀ ਏਜ ਕੀ ਹੋ ਚੁੱਕੀ ਹੁਣ? ਇਹ 7 ਸਾਲ ਹੈ ਜੀ। ਤੇ ਹਾਈਟ ਜੀ? ਹਾਈਟ 67 ਹੈ ਜੀ। ਤੇ ਲਾਈਨ ਕਿਹੜੀ ਆ ਜਾਂਦੀ ਹੈ? ਗੁਲਜ਼ਾਰ ਲਾਈਨ ਹੈ ਜੀ। ਗੁਲਜ਼ਾਰ ਲਾਈਨ? ਹਾਂਜੀ। ਠੀਕ ਹੈ ਜੀ। ਤੇ ਘੋੜੇ ਹੁਣ ਰਿਜ਼ਲਟ ਕਿਵੇਂ ਆ ਰਹੇ ਨੇ? ਰਿਜ਼ਲਟ ਵਧੀਆ ਆ ਰਿਹਾ ਜੀ। ਅੱਛਾ ਜੀ, ਇੱਕ ਸਾਨੂੰ ਆਪਣਾ ਕੰਟੈਕਟ ਨੰਬਰ ਦਿਓ ਜੀ। ਕੰਟੈਕਟ ਨੰਬਰ ਹੈਗਾ 99836 ਜੀ, 22954 ਜੀ। ਤੇ ਬੱਚੀ ਇਹਨਾਂ ਕੋਲੇ, ਮੋਹਿਤ ਜੀ ਕੋਲੇ, ਆਪਣੇ ਮਛੇਰੀ ਜੀ ਇਹਦੀ ਮੋਹਿਤ ਚਾਲ ਕੋਲੇ, ਬਹੁਤ ਚੰਗੀ ਹੈ ਜੀ। ਸਰ ਤੁਸੀਂ ਦੱਸੋ ਤੁਹਾਨੂੰ ਰਿਜ਼ਲਟ ਸੰਤੁਸ਼ਟ ਹੋ ਇਹਨਾਂ ਘੋੜੇ ਦੇ ਰਿਜ਼ਲਟ ਨਾਲ? ਹਾਂਜੀ, ਹਾਈਟ ਬਹੁਤ ਆ ਰਹੀ ਹੈ ਬੱਚਿਆਂ ਦੀ ਜੀ। ਅੱਛਾ ਜੀ। ਹਾਂਜੀ, ਬੋਨ ਸਟਰਕਚਰ ਵਗੈਰਾ ਬਹੁਤ ਹੈਵੀ ਆ ਰਿਹਾ ਬੱਚਿਆਂ ਦਾ ਜੀ। ਹਾਂਜੀ, ਆਪਣੇ ਕੋਲ ਬੱਚੀ ਹੈ ਸਿਰਫ 19 ਮਹੀਨਿਆਂ ਦੀ ਹੈ ਜੀ, 62 ਹਾਈਟ ਕਰ ਗਈ ਜੀ ਉਹ। ਹਾਂਜੀ, ਵੈਸੇ ਹੈਵੀ ਬਣੂਗੀ, ਜੈਸਟ ਵਗੈਰਾ ਬਹੁਤ ਹੈਵੀ ਉਹਦੀ, ਸੰਭ ਬਹੁਤ ਵੱਡਾ ਬੱਚੀ ਦਾ ਜੀ।